ਸਤਨਾਮ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਨੇ ਬਹੁਤ ਭਾਰੀ ਪਾਰ ਉਪਕਾਰ ਕੀਤਾ ਹੈ। ਸਤਿਕਾਰਯੋਗ ਪੂਜਨੀਕ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਗੁਰਮੁਖ ਪਿਆਰਿਆਂ ਅਤੇ ਸਤਿਗੁਰਾਂ ਨੂੰ ਆਰਾਮ ਕਰਕੇ ਜੋ ਪਾਵਨ ਅਸਥਾਨ 'ਤੇ ਸੋਨੇ ਦੇ ਦਰਵਾਜ਼ਿਆਂ ਦੀ ਜਿਹੜੀ ਸੇਵਾ ਹੈ ਉਹ ਲਈ ਹੈ, ਔਰ ਅੱਜ ਜਿਹੜੇ ਸੋਨੇ ਦੀਆਂ ਜਿਹੜੀ ਚੋਰੀ ਸੀਗੀ ਉਹ ਚੜ੍ਹਾਈ ਗਈ ਹੈ, ਸਿੱਖਾ ਦਰਵਾਜ਼ਾ ਉਹ ਚੜ੍ਹਾਇਆ ਗਿਆ। ਉਹਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸੰਗਤਾਂ ਜੁੜੀਆਂ ਨੇ, ਸਤਿਗੁਰੂ ਮਿਹਰ ਕਰਨ ਸਮੁੱਚੀ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਸੇਵਾਵਾਂ ਦਿੰਦੇ ਰਹਿਣ। ਸੋ ਇੱਥੇ ਸੇਵਾ ਹੋਈ ਹੈ, ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਨੇ ਕਿਰਪਾ ਕੀਤੀ ਹੈ, ਸੋਨੇ ਦੇ ਦਰਵਾਜ਼ਿਆਂ ਦੀ ਸੇਵਾ ਹੋਈ ਹੈ ਜੀ। ਤਿੰਨ ਦਰਵਾਜ਼ਿਆਂ ਦੀ ਸੇਵਾ ਪਹਿਲਾਂ ਮਹਾਰਾਜ ਨੇ ਕਿਰਪਾ ਕਰਕੇ ਸੰਗਤ ਦੇ ਸਿਰ 'ਤੇ ਹੱਥ ਰੱਖ ਕੇ ਕੀਤੀ ਹੈ ਜੀ। ਅੱਜ ਰਹਿੰਦਾ ਦਰਵਾਜ਼ਾ ਜਿਹੜਾ ਚੌਥਾ ਹੈਗਾ ਉਹਦੀ ਸੇਵਾ ਹੋਈ ਹੈ, ਉਹਦੇ ਵਿੱਚ ਹਾਜ਼ਰੀ ਸਿੰਘ ਸਾਹਿਬ ਜੀ ਨੇ ਵੀ ਭਰੀ ਹੈ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।
ਜਿੰਨੀ ਵੀ ਸੇਵਾ ਲਈ ਹੈ ਉਹ ਸਾਹਿਬਜ਼ਾਦਿਆਂ ਨੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਲਿਖੀ ਹੈ ਜੀ, ਸਾਰੀ ਸੰਗਤ ਦੇ ਸੰਯੋਗ ਨਾਲ ਹੋਈ ਹੈ ਜੀ, ਅਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਅੱਜ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਬਹੁਤ ਪਰਮੇਸ਼ਰ ਨੇ ਸੱਚੇ ਪਾਤਸ਼ਾਹ ਨੇ ਵੱਡੀ ਕਿਰਪਾ ਕੀਤੀ ਹੈ। ਗੁਰਮਿੰਦਰ ਸਿੰਘ ਨੇ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਭੋਰਾ ਸਾਹਿਬ 'ਤੇ 3 ਦਰਵਾਜ਼ਿਆਂ ਦੀ ਜਿਹੜੀ ਸੇਵਾ ਪਹਿਲਾਂ ਕੀਤੀ ਸੀਗੀ, ਚੌਥਾ ਦਰਵਾਜ਼ਾ ਜਿਹੜਾ ਅੱਜ ਜੋੜੀ ਉਹ ਅੱਜ ਭੋਰਾ ਸਾਹਿਬ ਸੇਵਾ ਸੰਪੂਰਨ ਹੋਈ ਹੈ। ਸਿੰਘ ਸਾਹਿਬ ਅਕਾਲ ਤਖ਼ਤ ਜਥੇਦਾਰ ਸਾਹਿਬ ਆਨੰਦਪੁਰ ਸਾਹਿਬ ਤੋਂ ਹੋਰ ਜਿਹੜੀਆਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਅੱਜ ਪਹੁੰਚੀਆਂ ਸੀਗੀਆਂ, ਜਿਹੜੇ ਚਾਰੇ ਦਰਵਾਜ਼ੇ ਜਿਹੜੇ ਹੇਠਾਂ ਅੱਜ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੋਨੇ ਦੇ ਜਿਹੜੇ ਅੱਜ ਉਸ ਪਰਿਵਾਰ ਵੱਲੋਂ ਸੇਵਾ ਸੰਪੂਰਨ ਹੋਈ, ਬਹੁਤ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਪਰਿਵਾਰ 'ਤੇ ਸੇਵਾ ਲਈ। ਪਰਮਾਤਮਾ ਪਰਿਵਾਰ 'ਤੇ ਸਿਰ 'ਤੇ ਮਿਹਰ ਪ੍ਰਿਆਤ ਰੱਖੇ, ਕੌਮ ਨੂੰ ਦੇਸ਼ ਕੌਮ ਦੀ ਸੇਵਾ ਸੰਗਤ ਇਸੇ ਤਰ੍ਹਾਂ ਬਖਸ਼ਦਾ ਰਹੇ।